18 lakh 18 lakh अच्छा पुर्तगाल अपने पंजाबी भरा इन्हां दे कोल मैं रात रुकिया सीगा ते हुण इह सारे गए आ कम ते जदों कम तों आउंदे आ ते उदों तुहानूं दिखाउणे आ इन्हां दे की हालात हुंदे आ ते किद्दां दे इह की काम करते इन्हां नाल माड़ी मोटियां गल्लां बातां करदे आ ते जो ये आउंदे आ तां उदों तुहानूं दिखाउणे आ इह कम तों आउणे वाले आ हुण इत्थे 12 क बज चले आ अज हैगा फ्राइडे अज है सैटरडे ते अज जिहड़ा इन्हां दा कम हैगा 12 बजे ते हुण 12 क बजे तक ही आउण वाले आ ते जदों आउंदे आ ते तुहानूं मैं दिखाउणा आ इहदे की हालात आ पुर्तगाल अपने पंजाबी मुंडे पंजाबी भरा इन्हां दे हालात होने सीगे कि देखो किद्दां कमाईयां होनियां ते किद्दां इह फिर स्ट्रगल करके ते किद्दां इह अगे लंघदे आ ते आ हैगा जी एक चीनिया ने घर लिया होया ਇਹ ਦਰਅਸਲ ਇੱਕ ਘਰ ਨਹੀਂ ਆ ਜਿੱਦਾਂ ਹੁਣ ਆਹ ਇੱਕ ਰੂਮ ਆ ਅਤੇ ਆਹ ਇਕੱਲਾ ਇਕੱਲਾ ਘਰ ਹੀ ਆ ਇੱਕ 3 ਨੰਬਰ ਘਰ ਉਹ ਹੋ ਗਿਆ ਫਿਰ ਇੱਕ ਘਰ ਆਹ ਹੋ ਗਿਆ ਇੱਕ ਘਰ ਉਹ ਹੋ ਗਿਆ ਅਤੇ ਇੱਕ ਘਰ ਆਹ ਹੋ ਗਿਆ ਆਪਣੇ ਬੰਦਿਆਂ ਦਾ ₹70 दूर आ मैं भरावा रात इथे मंजे मुंजे कटा लियो ਬੰਦਾ ਕੰਮ ਕਰ ਸਕਦਾ ਉਹ ਜ਼ਰੂਰ ਆ ਠੀਕ ਆ ਅਸੀਂ ਵੀ ਕਰਨ ਡੇ ਅਸੀਂ ਕਿਹੜਾ ਕਦੀ ਘਰੇ ਗਏ ਨਜ਼ਾਰੇ ਆ ਮੇਰਾ ਭਰਾ ਇਹਨਾਂ ਦੀ ਗੱਲ ਚ ਨਹੀਂ ਲੱਗਣਾ ਇਹ ਬੰਦੇ ਨਾ ਕਹਿੰਦੇ ਕਿ ਨਾ ਆਵੇ ਬੰਦਾ ਚੰਗਾ ਸਾਡੇ ਪੇਪਰ ਜਲਦੀ ਬਣ ਜਾਣਗੇ ਉਹ ਪੇਪਰ ਨਹੀਂ ਉਰੇ ਆਉਣਾ ਪਰ ਕੰਮ ਕਰਨ ਲਈ ਨਹੀਂ ਉਰੇ ਆਉਣਾ ਸਾਰੇ ਆਓ
ਪਰ ਸੋਚ ਸਮਝ ਕੇ ਹਿਸਾਬ ਦੇ ਪੈਸੇ ਲਾ ਗਿਆ ਉਹ ਜੈਂਟਾਂ ਕੋ ਠੱਗੀਆਂ ਨਾ ਮੇਰੇ ਕਿੰਨੇ ਪੈਸੇ ਲਾ ਗਿਆ ਇਹ ਆ ਮੇਰਾ ਆ ਭਾਈ ਸਾਡਾ 19 ਲੱਖ ਹੀ ਪਹੁੰਚਿਆ ਜਿਹੜਾ ਪੂਰਾ ਨਹੀਂ ਹੋਣਾ 19 ਲੱਖ ਚ ਆਇਆ ਸੀ ਉਹ ਆਈ ਇਧਰੋਂ ਤੂੰ ਯਾਰ ਤੂੰ ਉਧਰੋਂ ਚਲ ਗਿਆ ਆ ਜਾ ਮੈਂ ਆਇਆ ਤੁਹਾਡੇ ਸਾਹਮਣੇ 18 ਲੱਖ ਚ 18 ਲੱਖ ਚ ਭਾਈ ਮੈਂ ਤਾਂ 10 ਚ ਆਈ 10 ਚ ਆਇਆ ਭਾਈ 10 ਚ ਆਏ ਆ ਅੱਛਾ ਹੁਣ ਫਿਰ ਲੰਮਾ ਕਿੱਦਾਂ ਪੈਣਾ ਪਿਆ ਜੰਗਲ ਚ ਇਹ ਦੱਸਿਆ ਹੋ ਗਿਆ ਬੁਰੇ ਹਾਲ ਸੀ ਵਾਰਦਾਤਾਂ ਸੁਣਾਓ ਨਾ ਪੇਪਰ ਦੇ ਦਿੰਦਾ ਵਾ ਸੌਖੇ ਪਰ ਜਿਹੜਾ ਬੰਦਾ ਪੁਰਤਗਾਲ ਕਾਰਡ ਕੱਢ ਜਾਂਦਾ ਜਿੱਥੇ ਮਨ ਨਹੀਂ ਲੋਕਾਂ ਨੂੰ ਮਾਮਾ 22 ਸਾਲ ਹੋ ਗਏ ਜਿਨ੍ਹਾਂ ਨੂੰ ਆਇਆ ਨਾ ਉਹ ਵੀ ਪੁਰਤਗਾਲ ਨੇ ਮਿਲਾ ਤੇ ਘਰ ਦਿਆ ਨਾ ਸਹੀ ਗੱਲ ਕਿ ਨਹੀਂ ਭਾਜੀ ਇੱਥੋਂ ਜੋਨੀ ਕੋ ਪੇਪਰ ਬਣਾ ਕੇ ਗਏ ਬੰਦੇ ਉਹ 11-11 ਸਾਲ ਵਾਲੇ 13-13 ਸਾਲਾਂ ਵਾਲੇ 20-20 ਸਾਲਾਂ ਵਾਲੇ ਇੱਕ ਬੰਦਾ 22 ਸਾਲ ਹੋ ਗਏ ਇੰਡੀਆ ਤੋਂ ਆਏ ਨੂੰ ਹੁਣ ਪੇਪਰ ਬਣੇ ਉਹਦੇ ਤੇ ਮੇਨ ਜਿਹੜੀ ਥੋੜ੍ਹੀ ਬਹੁਤੀ ਨੌਲੇਜ ਹੈਗੀ ਨੌਲੇਜ ਕਿਹਨੂੰ ਹੈਗੀ ਪੇਪਰਾਂ ਬਾਰੇ ਪੇਪਰ ਲੋਕ ਕਰਾਉਣ ਬਾਰੇ ਉਹ ਵੀ ਦੱਸ ਦਿਓ ਕਿਸੇ ਨੇ ਯਾਰ ਕਰਾਉਣੇ ਉਹ ਵੀ ਠੱਗੀਆਂ ਹੁੰਦੀਆਂ ਹੋਣੀਆਂ ਇੱਥੇ ਬਹੁਤ ਨਾ ਪੇਪਰ ਬਾਈ ਜੇ ਲੋਕ ਕਰਾਉਣੇ ਤੇ ਆਪਣੇ ਸੋਚ ਸਮਝ ਕੇ ਕਰਾਓ ਮੇਰਾ ਭਰਾ ਯਾਰ ਹੱਦ ਜੇ ਤੁਸੀਂ ਕਿਸੇ ਨੂੰ ਕਰਾਉਂਗੇ ਵੀ ਤਾਂ 500 ਤੋਂ ਅੰਦਰੇ ਖਰਚਾ ਆਊਗਾ ਜੇ ਆਪ ਕਰਾਉਂਗੇ ਫਿਰ ਜੇ ਤੁਸੀਂ ਆਪ ਕਸ਼ਟ ਕਰਨ ਜੋਗੇ ਆ ਤੇ ਮੇਰਾ ਭਰਾ ਕੋਈ ਖਰਚਾ ਨਹੀਂ ਆਉਂਦਾ ਅਪੁਆਇੰਟਮੈਂਟਾਂ ਲਾਓ ਤੇ ਜਾਓ ਪੇਪਰ ਲੋਕ ਕਰਾਓ ਜੇ ਕਿਸੇ ਏਜੰਟ ਥਰੂ ਵੀ ਕਰਾਓਗੇ ਤਾਂ ਰੋਕੇ 500 ਦੇ ਅੰਦਰ ਖਰਚਾ ਰਹੂਗਾ ਤਾਂ ਪੇਪਰ ਉਹ ਬੰਦੇ ਕੋ ਕਰਾਓ ਲੋਕ ਜੇ ਕੋ ਤੁਸੀਂ ਕੰਮ ਕਰਨਾ ਇੱਕ ਤੇ ਤੁਹਾਡੇ ਪੇਪਰ ਸਸਤੇ ਲੋਕ ਕਰੂਗਾ ਉਹ ਨਾਲੇ ਪੇਪਰ ਵਧੀਆ ਸਹੀ ਬਣਾ ਕੇ ਦਊਗਾ ਕੰਟਰੈਕਟ ਸਹੀ ਲਾਊਗਾ ਸਾਰਾ ਕੁਛ ਬਾਕੀ ਫਰੋਡ ਵਾਲੇ ਬੜੇ ਆ 700-800 ਲਈ ਜਾਂਦੇ ਆ ਪਾਣੀ ਗਰਮ ਆਉਂਦਾ ਪਾਣੀ ਗਰਮ ਨੀ ਆਉਂਦਾ ਰੋਜ਼ ਹੀ ਆ ਬਸ ਇਹ ਥੋੜਾ ਔਖਾ ਕਿ ਟੂਟੀ ਤੋਂ ਬਾਲਟੀ ਪਾਣੀ ਨੀ ਛੱਡਦੀ ਪਹਿਲਾਂ ਕੰਟਰੈਕਟ ਲਿਖ ਕੇ ਦੋ ਕੰਟਰੈਕਟ ਹੁਣ ਪਤਰੂਨ ਸਾਹਿਬ ਲਿਖ ਕੇ ਦੇਣਗੇ ਪਤਰੂਨ ਸਾਹਿਬ ਸਾਡੇ ਮਿਲ ਜਾਏ ਪਾਣੀ ਫਿਟਿੰਗ ਕੀਤੀ ਹੋਈ ਇਹਨੇ ਛੱਡਦੀ ਨੀ ਪਈ ਕਹਿੰਦੇ ਕੰਟਰੈਕਟ ਦੋ ਪਹਿਲਾਂ ਅੱਛਾ ਆਇਆ ਦਾ ਕਰਦਾ ਕਹਿੰਦੀ 2 ਮਹੀਨੇ ਦਾ ਹੋਰ ਐਡਵਾਂਸ ਦਓ ਫਿਰ ਪਾਣੀ ਛੱਡੂ ਅੱਛਾ ਜ਼ਿੰਦਗੀ ਇਦਾਂ ਹੀ ਬਸ ਲੰਘ ਲੂੰ ਜਾਂਦੇ ਕਹਿੰਦੇ ਪਤਰੂਨ ਸਾਹਿਬ ਇਹਨੇ ਕੰਮ ਨਹੀਂ ਕਰਦੇ ਸਹੀ ਆ ਚਲੋ ਨਹਾ ਲਓ ਫਿਰ ਨਹਾ ਲਓ ਮੈਂ 5 ਵਜੇ ਚਲ ਜਾਣਾ 5 ਵਜੇ ਫਲਾਈਟ ਹਾਂ 3 ਵਜੇ ਜਾਣਾ ਮੈਂ ਤੇ ਆਹ ਇਹਨਾਂ ਦਾ ਹੈਗਾ ਜੀ ਘਰ ਉਹ ਜਿਹੜੀ ਚੀਨੀ ਆਂਟੀ ਆ ਉਹਨੇ ਘਰ ਇਹ ਲਿਆ ਆ ਸਾਰਾ ਇੱਕ ਘਰ ਦੇ ਵਿੱਚ ਇੱਕ ਕਮਰਾ ਵਿੱਚ ਛੋਟੀ ਜਿਹੀ ਕਿਚਨ ਪਰ ਅੰਦਰੋਂ ਤਾਂ ਚਲੋ ਹਾਲਾਤ ਤੁਹਾਨੂੰ ਬਾਹਰੋਂ ਦੇਖ ਕੇ ਪਤਾ ਲੱਗੇ ਗਿਆ ਹੁਣ ਅੰਦਰੋਂ ਤਾਂ ਵਿਚਾਰਿਆਂ ਦੇ ਹਾਲਾਤ ਕਿਆ ਦਿਖਾਉਣੇ ਆ ਨਾ ਇੱਥੋਂ ਪਾਣੀ ਭਰ ਕੇ ਲੈ ਕੇ ਜਾਂਦੇ ਆ ਨਹਾਉਣ ਨਹੁਣ ਲਈ ਅਤੇ ਉਹ ਕਹਿੰਦਾ ਪਾਣੀ ਉਹਨਾਂ ਨੇ ਛੱਡਿਆ ਨਹੀਂ ਹੈਗਾ ਆਂਟੀ ਨੇ ਤੇ ਆਂਟੀ ਇਹ ਅੰਕਲ ਆਂਟੀ ਤਾਜ ਮਹਿਲ ਬਣਾਉਣ ਡੇ ਲੱਗਦਾ ਦੋ ਜਿਹੜੇ ਰਲ ਕੇ ਪਤਾ ਨਹੀਂ ਅੰਕਲ ਆਂਟੀ ਪੈਸਾ ਬੜਾ ਪਰ ਬਚਾ ਕਰਨ ਡੇ ਸਾਰਾ ਆਪਣੇ ਆਪ ਹੀ ਡੇ ਕੰਮ ਕਰਨ ਸਹੀ ਆ ਇਹਨਾਂ ਨੇ ਹੌਲੀ ਹੌਲੀ ਤਾਜ ਮਹਿਲ ਬਣਾ ਦੇਣਾ ਲੱਗਦਾ ਇੱਥੇ ਪ੍ਰਾਪਰਟੀ ਬੜੀ ਇੰਨਾ ਕੋ ਪਰ ਇਹ ਨਾ ਉਹਨੇ ਲਿਖੂ ਬੰਦੇ ਥਲੇ ਚੀਨੀ ਹੈ ਨਾ ਇਹ ਪੈਸਾ ਨਹੀਂ ਖਰਚਦੇ ਸਹੀ ਆ